ਤੇ ਫਿਰ ਬਹੁਤ ਤਰ੍ਹਾਂ ਦੀਆਂ ਡਾਈਟਾਂ ਆ ਗਈਆਂ। ਕੋਈ ਕਹਿੰਦਾ ਅਸੀਂ ਵੇਗਨ ਆ, ਵੇਗਨ ਹੁੰਦੇ ਨੇ ਉਹ ਦੁੱਧ ਵੀ ਨਹੀਂ ਪੀਂਦੇ, ਉਹ ਦੁੱਧ ਔਰ ਪਨੀਰ ਨੂੰ ਵੀ ਕਹਿ ਦਿੰਦੇ ਨੇ, ਕਹਿੰਦੇ ਮੈਸਾਂ ਦਾ ਗਾਈਆਂ ਦਾ ਉਹ ਮਾਸ ਖੁਰ ਕੇ ਆਉਂਦਾ, ਕਹਿੰਦੇ ਉਹ ਵੀ ਪਾਪ ਆ। ਵਧੀਆ ਸਰੀਰ ਬਣਾਉਣ ਲਈ ਕਿਹੜੀ ਡਾਈਟ ਵਧੀਆ, ਨੌਨ ਵੈਜ ਜਾਂ ਪਿਓਰ ਵੈਜੀਟੇਰੀਅਨ? ਦੇਖੋ ਦੋਨੇ ਤਰ੍ਹਾਂ ਦੀ ਡਾਈਟਾਂ ਵਧੀਆ ਨੇ, ਤੁਸੀਂ ਦੋਨੇ ਜਿਹੜੀ ਡਾਈਟ ਆ ਉਹਦੇ ਨਾਲ ਸਰੀਰ ਬਣਾ ਸਕਦੇ ਹੋ। ਇਹ ਨਹੀਂ ਹੈਗਾ ਕਿ ਇੱਕ ਡਾਈਟ ਨਾਲ ਸਰੀਰ ਬਹੁਤ ਵਧੀਆ ਬਣ ਜਾਂਦਾ ਅਤੇ ਇੱਕ ਨਾਲ ਬਣਦਾ ਨਹੀਂ, ਪਰ ਇਹਦੇ ਵਿੱਚ ਕੁਛ ਗੱਲਾਂ ਕਲੀਅਰ ਕਰਨ ਵਾਲੀਆਂ ਨੇ, ਕਿਉਂਕਿ ਜਿਹੜੇ ਬੰਦੇ ਤਾਂ ਮਾਸ ਵਗੈਰਾ ਖਾਂਦੇ ਨੇ ਨੌਨ ਵੈਜ ਨੇ, ਉਹ ਵੈਜੀਟੇਰੀਅਨ ਨੂੰ ਕਹਿੰਦੇ ਨੇ ਕਿ ਤੁਹਾਨੂੰ ਪਿਓਰ ਪ੍ਰੋਟੀਨ ਨਹੀਂ ਮਿਲਦਾ, ਤੁਹਾਨੂੰ ਕੰਪਲੀਟ ਪ੍ਰੋਟੀਨ ਨਹੀਂ ਮਿਲਦਾ, ਤੁਹਾਡੇ 'ਚ ਨਿਊਟ੍ਰੀਸ਼ਨ ਦੀ ਘਾਟ ਰਹਿੰਦੀ ਆ। ਅਤੇ ਜਿਹੜੇ ਪਿਓਰ ਵੈਜੀਟੇਰੀਅਨ ਨੇ ਉਹ ਮੀਟ ਵਾਲੇ ਨੂੰ ਕਹਿੰਦੇ ਨੇ ਤੁਸੀਂ ਮੀਟ ਖਾ ਕੇ ਬਿਮਾਰ ਹੋਏ, ਕੋਈ ਮੀਟ ਨਹੀਂ ਖਾਣਾ ਚਾਹੀਦਾ, ਪਾਪ ਲੱਗਦਾ ਜਾਂ ਹੋਰ ਬਹੁਤ ਗੱਲਾਂ ਹੈ ਨਾ। ਪਰ ਆਪਾਂ ਇੱਕ ਚੀਜ਼ ਕਲੀਅਰ ਕਰਦੇ ਹਾਂ, ਸੋ ਜਿਹੜੀ ਆਪਾਂ ਅੱਜ ਗੱਲ ਕਰਨੀ ਆ, ਆਪਾਂ ਸਪੈਸ਼ਲ ਕਿਹਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਵੈਜੀਟੇਰੀਅਨ ਹੋ ਜਾਓ ਜਾਂ ਤੁਸੀਂ ਨੌਨ ਵੈਜੀਟੇਰੀਅਨ ਹੋ ਜਾਓ, ਤੁਹਾਡੀ ਮਰਜ਼ੀ ਆ, ਕਿਉਂਕਿ ਹੋਰ ਬਹੁਤ ਰੀਜ਼ਨ ਹੁੰਦੇ ਨੇ ਤੁਹਾਡੇ ਡਾਈਟ ਫੋਲੋ ਕਰਨ ਦੇ, ਉਹ ਤੁਹਾਡੀ ਆਪਦੀ ਮਰਜ਼ੀ ਆ, ਕੋਈ ਤੁਹਾਨੂੰ ਫੋਰਸ ਕਰਨ ਵਾਲੀ ਗੱਲ ਨਹੀਂ। ਜਸਟ ਜੇ ਆਪਾਂ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਕੇ ਦੇਖੀਏ ਤਾਂ ਜਿਹੜੀ ਆਪਣੀ ਬੋਡੀ ਆ, ਹਿਊਮਨ ਬੋਡੀ, ਇਹ ਸਾਰਾ ਕੁਛ ਖਾਣ ਦੀ ਬਣੀ ਹੋਈ ਆ। ਹੁਣ ਤੁਸੀਂ ਦੇਖੋ, ਤੁਸੀਂ ਪਸ਼ੂ ਨੇ, ਤੁਸੀਂ ਉਹਨਾਂ ਦੇ ਮੂਹਰੇ ਮਾਸ ਸੁੱਟ ਦਿਓ, ਉਹਨਾਂ ਦੇ ਉਹਨਾਂ ਦਿਮਾਗ ਨਹੀਂ ਹੁੰਦਾ, ਪਰ ਉਹਨਾਂ ਨੇ ਖਾਣਾ ਨਹੀਂ। ਕਿਉਂ ਨਹੀਂ ਖਾਂਦੇ? ਕਿਉਂਕਿ ਉਹਨਾਂ ਦੇ ਮਿੱਦੇ ਜਾਂ ਉਹਨਾਂ ਦੀ ਬੋਡੀ ਮਾਸ ਖਾਣ ਲਈ ਡਿਜ਼ਾਇਨ ਨਹੀਂ ਹੁੰਦੀ। ਅਤੇ ਉਹੀ ਤੁਸੀਂ ਸ਼ੇਰ ਆ, ਸ਼ੇਰ ਦੇ ਮੂਹਰੇ ਤੁਸੀਂ ਵੈਜੀਟੇਰੀਅਨ ਡਾਈਟ ਸੁੱਟ ਦਿਓ, ਉਹਨੇ ਉਹ ਨਹੀਂ ਖਾਣੀ, ਉਹਨੇ ਮਾਸ ਖਾਣਾ। ਕਿਉਂ ਖਾਣਾ? ਕਿਉਂਕਿ ਕੁਦਰਤ ਨੇ ਉਹੀ ਖਾਣ ਲਈ ਬਣਾਇਆ ਹੋਇਆ, ਉਹ ਤੋਂ ਬਿਨਾਂ ਭੁੱਖਾ ਰਹਿ ਕੇ ਮਰ ਜੂਗਾ। ਸੋ ਇੱਦਾਂ ਹੀ ਜਿਵੇਂ ਮੁਰਗੇ ਨੇ, ਮੁਰਗੇ ਕੀ ਕਰਦੇ ਨੇ? ਕੰਚ ਵੀ ਖਾ ਲੈਂਦੇ ਨੇ। ਕੰਚ ਕਿਉਂ ਖਾਂਦੇ ਨੇ? ਉਹਦੇ ਹਾਜ਼ਮ ਆ। ਹੁਣ ਜਿਹੜਾ ਹਿਊਮਨ ਬੋਡੀ ਆ, ਆਪਣੇ ਵੈਜੀਟੇਰੀਅਨ ਡਾਈਟ ਵੀ ਹਾਜ਼ਮ ਆ, ਆਪਣੇ ਮੀਟ ਵੀ ਹਾਜ਼ਮ ਆ। ਜੇ ਚੀਜ਼ਾਂ ਉਹ ਆਪਣੇ ਹਾਜ਼ਮ ਨਹੀਂ ਹੁੰਦੀ, ਆਪਾਂ ਖਾਣਾ ਹੀ ਨਹੀਂ ਸੀਗਾ। ਹੁਣ ਜਿਵੇਂ ਕਿਸੇ ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਫੂਡ ਤੋਂ ਐਲਰਜੀ ਹੋ ਜਾਂਦੀ ਆ, ਮੈਨੂੰ ਸ਼ੈਲਫੇ 'ਚੋਂ ਐਲਰਜੀ ਆ, ਜਿਹੜੇ ਸਮੁੰਦਰ 'ਚ ਉਹ ਫਿਰਦੇ ਹੁੰਦੇ ਨੇ ਜੀਵ 'ਚ, ਜਾਂ ਕਈ ਬੰਦਿਆਂ ਨੂੰ ਬਦਾਮ ਤੋਂ ਐਲਰਜੀ ਆ, ਜਾਂ ਕਈਆਂ ਨੂੰ ਗਲੂਟਨ ਤੋਂ ਕਣਕ ਤੋਂ ਹੋ ਜਾਂਦੀ ਆ। ਜਿਹੜੀ ਚੀਜ਼ ਆਪਣੀ ਬੋਡੀ ਨੂੰ ਨਹੀਂ ਸੂਟ ਕਰਦੀ ਆਪਾਂ ਉਹ ਖਾ ਹੀ ਨਹੀਂ ਸਕਦੇ, ਆਪਾਂ ਬੰਦ ਕਰ ਦਿੰਦੇ ਹਾਂ। ਮੰਨ ਲਓ ਮੈਂ ਬਦਾਮ ਤੋਂ ਐਲਰਜੀ ਆ, ਬਦਾਮ ਖਾ ਲਏ, ਮੇਰੇ ਢਿੱਡ 'ਚ ਪੇਨ ਹੋਣ ਲੱਗ ਗਈ, ਮੈਂ ਦੂਜੇ ਦਿਨ ਆਪ ਨਹੀਂ ਖਾਊਂਗਾ। ਸੋ ਹੋਲ ਫੂਡ ਖਾਣ ਲਈ ਹਿਊਮਨ ਜਿਹੜੀ ਬੋਡੀ ਆ ਬਣੀ ਹੋਈ ਆ, ਤੁਸੀਂ ਹਰ ਇੱਕ ਤਰ੍ਹਾਂ ਦਾ ਫੂਡ ਖਾ ਸਕਦੇ ਹੋ। ਕਿਉਂਕਿ ਪਹਿਲਾਂ ਬੰਦਾ ਇੱਦਾਂ ਹੀ ਸੀਗਾ, ਸ਼ਿਕਾਰ ਕਰਦਾ ਸੀਗਾ, ਜਾਨਵਰਾਂ ਨੂੰ ਉਹ ਮਾਰ ਕੇ ਉਹਨਾਂ ਦਾ ਮਾਸ ਪਕਾ ਕੇ, ਪਹਿਲਾਂ ਕੱਚਾ ਖਾਂਦਾ ਸੀ ਫਿਰ ਪਕਾ ਕੇ ਖਾਣ ਲੱਗ ਗਿਆ। ਅਤੇ ਫਿਰ ਬਹੁਤ ਤਰ੍ਹਾਂ ਦੀਆਂ ਡਾਈਟਾਂ ਆ ਗਈਆਂ। ਕੋਈ ਕਹਿੰਦਾ ਅਸੀਂ ਵੇਗਨ ਆ, ਵੇਗਨ ਹੁੰਦੇ ਨੇ ਉਹ ਦੁੱਧ ਵੀ ਨਹੀਂ ਪੀਂਦੇ, ਉਹ ਦੁੱਧ ਔਰ ਪਨੀਰ ਨੂੰ ਵੀ ਕਹਿ ਦਿੰਦੇ ਨੇ, ਕਹਿੰਦੇ ਮੈਸਾਂ ਦਾ ਗਾਈਆਂ ਦਾ ਉਹ ਮਾਸ ਖੁਰ ਕੇ ਆਉਂਦਾ, ਕਹਿੰਦੇ ਉਹ ਵੀ ਪਾਪ ਆ, ਉਹ ਪੂਰੀ ਪਲਾਂਟ ਬੇਸਡ ਡਾਈਟ 'ਤੇ ਨੇ। ਕਈ ਪਿਓਰ ਵੈਜੀਟੇਰੀਅਨ ਨੇ ਉਹ ਮੀਟ ਵਾਲਿਆਂ ਨੂੰ ਮਾੜਾ ਕਹਿੰਦੇ ਨੇ, ਕਈ ਐਗੀਟੇਰੀਅਨ ਨੇ ਉਹ ਕਹਿੰਦੇ ਆਂਡੇ ਖਾਣੇ ਵਧੀਆ ਨੇ, ਜੇ ਕਿਸੇ ਨੂੰ ਮਾਰਨਾ ਵਧੀਆ ਨਹੀਂ ਹੈਗਾ ਉਹ ਇਕੱਲੇ ਆਂਡੇ ਖਾਂਦੇ ਨੇ, ਕਈ ਕਾਰਨੀਵੋਰ ਡਾਈਟ ਕਰਦੇ ਨੇ ਉਹ ਇਕੱਲਾ ਮੀਟ ਹੀ ਖਾਈ ਜਾਂਦੇ ਨੇ। ਸੋ ਬਹੁਤ ਤਰ੍ਹਾਂ ਦੀਆਂ ਡਾਈਟਾਂ ਬਣ ਗਈਆਂ, ਪਰ ਜੇ ਤੁਸੀਂ ਨੇਚਰ ਦੇ ਹਿਸਾਬ ਨਾਲ ਦੇਖਦੇ ਹੋ ਆਪਣੀ ਬੋਡੀ ਉਹ ਫੂਡ ਖਾਣ ਲਈ ਬਣੀ ਹੈ ਜਿਹੜਾ ਆਪਣੇ ਹਾਜ਼ਮ ਆ। ਹਾਂ, ਜੇ ਕੋਈ ਚੀਜ਼ ਆਪਣੇ ਨਹੀਂ ਹਾਜ਼ਮ ਤਾਂ ਆਪ ਨਹੀਂ ਖਾਊਗਾ, ਜਿਵੇਂ ਮੈਂ ਕਿਹਾ ਮੁਰਗੇ ਕੰਚ ਖਾ ਲੈਂਦੇ ਨੇ, ਜੇ ਉਹਨਾਂ ਦੇ ਹਾਜ਼ਮ ਤਾਂ ਖਾਂਦੇ ਨੇ, ਆਪਾਂ ਖਾ ਲਈਏ ਆਪਣੇ ਉਹ ਮਿੱਦੇ ਵੱਢ ਦੂਗਾ। ਹੁਣ ਜਿਹੜਾ ਡੋਗ ਵੀ ਆ, ਡੋਗ ਦੀ ਜਾਂ ਡਾਈਜੈਕਸ਼ਨ ਖਰਾਬ ਹੋ ਜਾਂਦੀ ਆ, ਉਹ ਤੁਸੀਂ ਦੇਖਿਓ ਘਾਹ ਖਾਂਦਾ ਆਪੇ। ਹੁਣ ਕੁੱਤੇ ਦੇ ਕਿੰਨਾ ਦਿਮਾਗ ਹੁੰਦਾ, ਉਹਨੂੰ ਰੱਬ ਵੱਲੋਂ ਉਹਨੂੰ ਪਤਾ ਹੁੰਦਾ ਉਹਦੀ ਬੋਡੀ ਨੂੰ ਕਿ ਜਦ ਉਹਦੇ ਕੋਈ ਚੀਜ਼ ਹਾਜ਼ਮ ਨਹੀਂ ਆਉਂਦੀ ਫਿਰ ਉਹ ਘਾਹ ਜਿਹਾ ਖਾ ਕੇ ਗਾਲੀ ਕੱਢ ਕੇ ਬਾਹਰ ਸੁੱਟ ਦਿੰਦਾ। ਸੋ ਹਰ ਇੱਕ ਦੁਨੀਆ 'ਤੇ ਜਿਹੜੀ ਚੀਜ਼ ਆਈ ਆ ਉਹ ਡਿਜ਼ਾਇਨ ਹੋ ਕੇ ਆਈ ਹੋਈ ਆ, ਜੇ ਉਹਦੇ ਕੁਛ ਹਾਜ਼ਮ ਆਉਂਦਾ ਤਾਂ ਮਤਲਬ ਉਹ ਚੀਜ਼ਾਂ ਖਾਣ ਲਈ ਆਪਣੀ ਬੋਡੀ ਬਣੀ ਆ। ਅੱਗੇ ਮੈਂ ਤੁਹਾਨੂੰ ਡਾਈਟ ਦੇ ਬੈਨੀਫਿਟ ਦੱਸਦਾ ਰਹਿਣਾ ਕਿ ਪਨੀਰ 'ਚ ਤੁਹਾਨੂੰ ਆਹ ਮਿਲਦਾ ਜੀ, ਚਿਕਨ ਤੋਂ ਤੁਹਾਨੂੰ ਇੰਨਾ ਲੀਨ ਮਿਲਦਾ, ਪ੍ਰੋਟੀਨ ਇੰਨੀ ਫੈਟ ਮਿਲਦੀ ਆ, ਪਰ ਅੱਜ ਗੱਲ ਇਹੀ ਸੀਗੀ ਕਿ ਹਰ ਇੱਕ ਡਾਈਟ ਵਧੀਆ ਵਰਕ ਕਰਦੀ ਆ। ਇਹ ਨਹੀਂ ਮੈਟਰ ਹੈਗਾ ਕਿ ਡਾਈਟ ਵਰਕ ਨਹੀਂ ਕਰਦੀ, ਪਰ ਜਿਹੜੇ ਇੱਕ ਤੁਹਾਨੂੰ ਸਮਝਾਉਣਾ ਬਣਦਾ ਸੀ ਕਿ ਯਾਰ ਆਹ ਚੀਜ਼ਾਂ ਆਪਣੀ ਬੋਡੀ ਖਾ ਸਕਦੀ ਆ। ਸੋ ਇਹੀ ਅੱਜ ਥੋੜ੍ਹੇ ਜਿਹੇ ਮੈਂ ਗੱਲਾਂ ਤੁਹਾਡੇ ਨਾਲ ਕਲੀਅਰ ਕਰਨੀਆਂ ਸੀ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਦਿਸ ਇਜ਼ ਹੈਰੀ ਮਡੇਰ, ਵਾਹਿਗੁਰੂ ਮਿਹਰ ਕਰੇ, ਲਵ ਯੂ ਆਲ।